ਰੇਲਵੇ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਦੇ ਵਿੱਚ ਇਨ੍ਹਾਂ ਵਿਅਕਤੀਆਂ ਦੇ ਵਿੱਚੋਂ ਪਹਿਲਾਂ ਵੀ 12 ਦੇ ਕਰੀਬ ਲੁੱਟਾਂ ਖੋਹਾਂ ਦੇ ਮੁਕਦਮੇ ਦਰਜ ਨੇ। ਜਾਣਕਾਰੀ ਦੇ ਅਨੁਸਾਰ ਸਰਹਿੰਦ ਥਾਣੇ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਦਲਜੀਤ ਸਿੰਘ ਵਾਸੀ ਮਾਛੀਪੁਰ 3 ਮਈ ਨੂੰ ਆਪਣੇ ਮੋਟਰਸਾਈਕਲ ਦੇ ਉੱਤੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਓਵਰ ਬ੍ਰਿਜ ਕੜੂਆਂ ਮਾਛੀਪੁਰ ਦੇ ਨੇੜੇ ਪੁੱਜਿਆ ਤਾਂ ਇਨ੍ਹਾਂ ਚਾਰਾਂ ਵਿਅਕਤੀਆਂ ਨੇ ਉਸ ਨੂੰ ਰੋਕ ਕੇ 25,000 ਉਸ ਦੇ ਕੋਲੋਂ ਖੋਲਿਆ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 3/4 ਨੂੰ ਰੇਲਵੇ ਬ੍ਰਿਜ ਘੜੂਆਂ ਦੇ ਲਾਗੇ ਇੱਕ ਵਿਅਕਤੀ ਦਲਜੀਤ ਸਿੰਘ ਜਿਹੜਾ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਆਪਦੇ ਘਰ ਨੂੰ, ਰੇਲਵੇ ਪੁਲ ਦੇ ਹੇਠਾਂ ਇਹ 4 ਵਿਅਕਤੀਆਂ ਨੇ, ਨਾਮਲੋ ਵਿਅਕਤੀ ਸੀਗੇ, ਇਹਨਾਂ ਨੇ ਉਹਨੂੰ ਉੱਥੇ ਪੁਲ ਦੇ ਲਾਗੇ ਰੋਕ ਕੇ 20,000 ਰੁਪਈਆ ਉਹਦਾ ਖੋਹ ਕੇ ਉਹਨੂੰ ਕਿਡਨੈਪ ਕਰਕੇ ਗੱਡੀ ਦੇ ਵਿੱਚ ਨਜ਼ਰ 'ਚ ਪਾ ਕੇ ਲੈ ਗਏ ਸੀਗੇ। ਅਤੇ ਉਸ ਤੋਂ ਬਾਅਦ ਇਹਨੂੰ ਸਮਰਾਲਾ ਜਾ ਕੇ ਇਹਦਾ ਧੱਕੇ ਨਾਲ ਏਟੀਐਮ ਖੋਹ ਕੇ ਦੁਬਾਰਾ ਸਮਰਾਲਾ ਫਿਰ ਏਟੀਐਮ ਦੇ ਵਿੱਚੋਂ 20,000 ਰੁਪਇਆ ਹੋਰ ਕਢਾ ਲਿਆ ਸੀਗਾ। 20,000 ਰੁਪਇਆ ਹੋਰ ਕਢਾ ਕੇ ਇਹਨੂੰ ਉੱਥੇ ਛੱਡ ਕੇ ਤਾਂ ਗੱਡੀ ਲੈ ਕੇ ਫਰਾਰ ਹੋ ਗਏ ਸੀਗੇ। ਜਿਹੜੀ ਗੱਡੀ ਕਿਹੜੀ ਸੀ ਨਾ, ਉਹ ਕਾਰ ਕਿਹੜੀ ਸੀ? ਡਿਜ਼ਾਇਰ ਸਵਿਫਟ ਡਿਜ਼ਾਇਰ ਸੀ। ਉਹ ਵੀ ਚੋਰੀ ਦੀ ਸੀ? ਉਹ ਵੀ ਚੋਰੀ ਦੀ ਸੀ। ਫਿਰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਇਹ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗੇ। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਪਣੇ ਵਾਲੇ ਮੁਕਦਮੇ ਲਿਆ ਕੇ ਆਪਣੇ ਮੁਕਦਮੇ 'ਚ ਇਹਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੋਂ ਅਕਸ਼ਰ ਮੰਡ 'ਤੇ ਲਿਆਉਂਦਾ ਸੀਗਾ। ਅਤੇ ਆਪਣੇ ਮੁਕਦਮੇ 'ਚ ਜਿਹੜੀ ਰਿਕਵਰੀ ਹੈ, ਏਟੀਐਮ ਵਗੈਰਾ ਜਾਂ ਚੋਰੀ ਕਰਿਆ ਸੀ, ਉਹ ਅਸੀਂ ਰਿਕਵਰ ਕਰਾ ਲਿਆ। ਦੁਬਾਰਾ ਅੱਜ ਫਿਰ ਮਾਲ ਹੋਰ ਹਾਸਲ ਕਰਕੇ ਅੱਗੇ ਜੇਲ੍ਹ ਭੇਜਦੇ ਅਸੀਂ ਰਿਮਾਂਡ ਲੈਂਦੇ। ਨਹੀਂ ਨਹੀਂ, ਅੱਜ ਪੁਲਿਸ ਰਿਮਾਂਡ ਲੈ ਰਹੇ ਸੀ ਫਿਰ ਦੁਬਾਰਾ। ਅੱਛਾ, ਰਿਮਾਂਡ ਦਿੱਤਾ ਜਾਵੇਗਾ ਜੀ? ਅੱਜ ਫਿਰ ਰਿਮਾਂਡ ਦਿੱਤਾ ਜਾਵੇਗਾ ਮਾਨਯੋਗ ਅਦਾਲਤ 'ਚ ਪੇਸ਼ ਕਰਕੇ। ਇਹ ਪੱਕੇ ਕ੍ਰਿਮੀਨਲ ਨਾ ਕਿੱਦਾਂ? ਪੱਕੇ ਕ੍ਰਿਮੀਨਲ ਜੀ, 9-9, 10-10 ਮੁਕਦਮੇ ਦਰਜ ਇਹਨਾਂ ਦੇ ਖਿਲਾਫ਼। ਅਤੇ ਹੋਰ ਵੀ ਬਰਾਮਦੀ ਬਰਾਮਦੀ ਹੋਣ ਦੀ ਆਸ ਹੈ।